ਅੱਜ ਆਪਾਂ ਗੱਲ ਕਰਾਂਗੇ ਸਿੱਖ ਧਰਮ ਦੇ ਮੌਜੂਦਾ ਗੁਰੂ ਜਿਨ੍ਹਾਂ ਦੀ ਬਾਣੀ ਅਸੀਂ ਹਰ ਰੋਜ਼ ਪੜ੍ਹਦੇ ਜਾਂ ਸੁਣਦੇ ਰਹਿੰਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸਤੰਬਰ 1604 ਈਸਵੀ ਨੂੰ ਹੋਇਆ। ਪਹਿਲੇ ਸੰਕਲਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ ਅਤੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ, ਉਹਨਾਂ ਨਾਲ ਸਹਾਇਕ ਲਿਖਾਰੀ ਸੰਤ ਦਾਸ ਜੀ, ਹਰੀ ਜੀ, ਸੁੱਖਾ ਜੀ, ਮਾਨਸਾ ਰਾਮ ਜੀ ਸਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਅਤੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਸਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 35 ਮਹਾਂਪੁਰਖਾਂ ਦੀਆਂ ਬਾਣੀਆਂ ਦਰਜ ਹਨ, ਜਿਸ ਵਿੱਚੋਂ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 3 ਹੋਰ ਗੁਰਸਿੱਖਾਂ ਦੀਆਂ ਬਾਣੀਆਂ ਸ਼ਾਮਲ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 20 ਅਕਤੂਬਰ 1708 ਈਸਵੀ ਨੂੰ ਸ਼੍ਰੀ ਹਜੂਰ ਸਾਹਿਬ ਨੰਦੇੜ ਬਿਹਾਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 1430 ਅੰਗ ਹਨ ਅਤੇ ਕੁੱਲ 31 ਰਾਗ ਸ਼ਾਮਲ ਹਨ। ਇਹਨਾਂ ਵਿੱਚੋਂ ਕੇਵਲ ਜੈ ਜਵੰਤੀ ਰਾਗ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਮਹਾਂਪੁਰਖਾਂ ਦੀਆਂ ਬਾਣੀਆਂ ਸ਼ਾਮਲ ਹਨ ਉਹਨਾਂ ਦੇ ਨਾਮ 6 ਗੁਰੂ ਸਾਹਿਬਾਨ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਾਮਲ ਹਨ। ਇਸੇ ਤਰ੍ਹਾਂ 15 ਭਗਤਾਂ ਦੇ ਨਾਮ ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਰਵਿਦਾਸ ਜੀ, ਭਗਤ ਰਾਮਦੇਵ ਜੀ, ਭਗਤ ਸਿਧਾਨਾ ਜੀ, ਭਗਤ ਤਰਲੋਚਨ ਜੀ, ਭਗਤ ਭੀਖਣ ਜੀ, ਭਗਤ ਪਰਮਾਨੰਦ ਜੀ, ਭਗਤ ਜੈਦੇਵ ਜੀ, ਭਗਤ ਪੀਪਾ ਜੀ, ਭਗਤ ਤੰਨਾ ਜੀ, ਭਗਤ ਬੇਣੀ ਜੀ, ਭਗਤ ਸੂਰਦਾਸ ਜੀ, ਭਗਤ ਸੈਣੀ ਜੀ ਅਤੇ ਭਗਤ ਰਾਮਾਨੰਦ ਜੀ ਦੀ ਬਾਣੀ ਸ਼ਾਮਲ ਹੈ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 11 ਭੱਟਾਂ ਦੇ ਨਾਮ ਕੱਲਾ ਜੀ, ਜਲਪ ਜੀ, ਕਿਰਤ ਜੀ, ਭਿਖਾ ਜੀ, ਮਾਲੂ ਜੀ, ਭੱਲਾ ਜੀ, ਨੱਲਾ ਜੀ, ਗੰਜਰ ਜੀ, ਮੁਬਾਰਾ ਜੀ, ਬੱਲੂ ਜੀ, ਹਰਬੰਸ ਜੀ ਸ਼ਾਮਲ ਹਨ। ਇਸੇ ਤਰ੍ਹਾਂ ਅਤੇ 3 ਗੁਰਸਿੱਖਾਂ ਦੇ ਨਾਮ ਬਾਬਾ ਸੁੰਦਰ ਜੀ, ਬਾਬਾ ਸੰਤਾ ਜੀ ਅਤੇ ਬਾਬਾ ਬਲਵੰਡ ਜੀ ਸ਼ਾਮਲ ਹਨ। 31 ਰਾਗਾਂ ਦੇ ਨਾਮ ਸ਼੍ਰੀ ਰਾਗ ਮਾਝ, ਗਾਉੜੀ, ਆਸਾ, ਗੁਜਰੀ, ਦੇਵਗੰਧਾਰੀ, ਬਿਹਾਗਤ, ਬੰਥਹੰਸ, ਸੋਰਠ, ਜੈਤਸਰੀ, ਟੋਡੀ, ਤੁਲੰਗ, ਸੂਰੀ, ਸੂਹੀ, ਬਲਵਾਵ, ਗੌੜ, ਰਾਮਕਲੀ, ਨੱਟ, ਮਾਲੀ ਗੌੜ, ਮਾਰੂ, ਤੁਖਾਰੀ, ਕੰਧਾਰਾ, ਭੈ ਗੌ ਕੰਧਾਰਾ, ਭੈਰਾਓ, ਬਸੰਤ, ਸਾਰੰਗ, ਕਾਨਤ, ਮਾਲਾ, ਕਲਿਆਣ, ਭਗਵਤੀ ਤੇ ਜੈਜਵਤੀ ਰਾਗ ਸ਼ਾਮਲ ਹਨ। ਇਹਨਾਂ ਰਾਗਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 14 ਅੰਗ ਤੋਂ ਸ਼ੁਰੂ ਹੋ ਕੇ ਸਮਾਪਤੀ 1352 ਅੰਗ ਤੇ ਹੁੰਦੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਰਾਗ ਮੁਕਤ ਬਾਣੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਉਹਨਾਂ ਦੇ ਨਾਮ ਹਨ ਸੋ ਦਰ, ਸੋ ਪੁਰਖ, ਸੋਹਿਲਾ। ਇਹ ਬਾਣੀਆਂ 1 ਅੰਗ ਤੋਂ 13 ਅੰਗ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲੋਕਾਂ ਦੀ ਗਿਣਤੀ, ਉਹਨਾਂ ਦੇ ਨਾਮ। ਸਹਿਸਕ੍ਰਿਤੀ ਗਾਥਾ ਫੁਨੀਹੇ ਚਰ ਬੁੱਲੇ, ਸਲੋਕ ਭਗਤ ਕਬੀਰ ਜੀ, ਸਲੋਕ ਭਗਤ ਫਰੀਦ ਜੀ, ਸਵਈਏ ਸ਼੍ਰੀ ਮੁਖਵਾਕ ਮਹੱਲਾ 5, ਭੱਟਾਂ ਦੇ ਸਵਈਏ ਸਲੋਕ 12 ਤੇ ਵਿਧੀ, ਸਲੋਕ ਮਹੱਲਾ 9, ਮੁੰਦਾਵਣੀ ਸਲੋਕ ਮਹੱਲਾ 5,
ਅਤੇ ਰਾਗਮਾਲਾ। ਇਹ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1353 ਅੰਕ ਤੋਂ ਸ਼ੁਰੂ ਹੋ ਕੇ 1430 ਅੰਕ 'ਤੇ ਸਮਾਪਤੀ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਵਾਰਾਂ ਦੀ ਗਿਣਤੀ 22 ਅਤੇ ਧੁਨੀਆਂ ਦੀ ਗਿਣਤੀ 9 ਹੈ। ਇਸੇ ਤਰ੍ਹਾਂ ਆਪਾਂ ਅੱਜ ਦੀ ਵੀਡੀਓ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਵਡਮੁੱਲੀ ਜਾਣਕਾਰੀ ਸੀ ਉਹ ਆਪਾਂ ਵੀਡੀਓ ਵਿੱਚ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਦੇ ਵੀ ਭੁੱਲ ਜਾਣ 'ਤੇ ਜਾਂ ਨਾ ਚੇਤੇ ਆਉਣ 'ਤੇ ਅਸੀਂ ਇਸ ਵੀਡੀਓ ਨੂੰ ਦੇਖ ਕੇ ਯਾਦ ਕਰ ਸਕਦੇ ਹਾਂ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਕਮੈਂਟ ਵਿੱਚ ਦੱਸੋ ਵੀਡੀਓ ਕਿਵੇਂ ਲੱਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।